ਇਹ ਤੁਹਾਨੂੰ ਪੱਤਰਕਾਰ ਵੀ ਕਹਿਣ ਲੱਗ ਗਏ ਕਿਬੋਲ ਦੇ ਬਹੁਤ ਪਿਆਰਾ ਗੁਰਨਾਮ ਜੀ ਨੇ ਕਿਹਾ ਤੁਸੀਂ ਬਹਾਨਾ ਲੱਭਦੇ ਹੋ ਗੱਲ ਕਰਨ ਦਾ ਕੀ ਗੁੱਟਨੈਸ ਹੈ ਬੋਲੀ ਹੈ ਜਿਹੜੀ ਉਹ ਨੇਚਰਲ ਰੱਖਦੇ ਹੋ ਜਾਂ ਫਿਲਮ ਦੇ ਹਿਸਾਬ ਨਾਲ ਬਦਲਣੀ ਵੀ ਪੈਂਦੀ ਹੈ ਸਟਰਗਲ ਕਰਨਾ ਪੈਂਦਾ ਹੈ ਕਿ ਮਾਝੇ ਵਾਲਾ ਟੱਚ ਨਾ ਆਵੇ ਨਹੀਂ ਨਹੀਂ ਜੀ ਜਿੱਦਾਂ ਦੀ ਮੈਂ ਜਿੱਦਾਂ ਮੈਂ ਰੀਅਲ ਲਾਈਫ 'ਚ ਬੋਲਦੀ ਆ ਮੈਂ ਐਗਜ਼ੈਕਟਲੀ ਉਦਾਂ ਹੀ ਬੋਲਦੀ ਆ ਫਿਲਮਾਂ 'ਚ ਮਲਵੈਣ ਬਣਨਾ ਪੈ ਸਕਦਾ ਕਿਸੇ ਫਿਲਮ 'ਚ ਨਹੀਂ ਆਈ ਡੋਨਟ ਥਿੰਕ ਸਪੈਸੀਫਿਕਲੀ ਮਲਵੈਣ ਹੀ ਆ ਨਾ अच्छा जी ਮਲਵਈਨ ਤੋਂ ਬਿਲੋਂਗ ਕਰਦੀ ਹਾਂ ਪਹਿਲਾਂ ਮੇਰੇ ਪਾਪਾ ਕੀ ਆ ਮਲਵਈਨੇ ਤੇ ਮੇਰੇ ਮੰਮਾ ਦੁਆਬੇ ਤੋਂ ਬੋਲੀ ਮਾਝੇ ਵਾਲੀ ਬੋਲੀ ਮਾਝੇ ਵਾਲੀਆਂ ਮੈਂ ਸਾਰਾ ਪੰਜਾਬੀ ਆਪਣੇ ਜਿੱਦਾਂ ਸਿੱਖਿਆ ਸੀ ਇਹਨਾਂ ਦਾ ਮੈਂ ਪਹਿਲਾ ਖਾੜਾ 15 ਕ ਸਾਲ ਉਮਰ ਹੋ ਗਈ ਇਹਨਾਂ ਦੀ ਮੰਡੀ ਲਾਦੂ ਕਾ ਚ ਤੁਸੀਂ ਖਾੜਾ ਲਾਇਆ ਸੀ ਮੇਰਾ ਪਿੰਡ ਲਾਦੂ ਕਾ ਬੜੀ ਖੁਸ਼ੀ ਹੋਈ ਤੁਸੀਂ ਆਪਣੇ ਇਲਾਕੇ ਦੇ ਬੰਦੇ ਹੋ ਵਹ ਇਲਾਕਾ ਕਿਹੜਾ ਆਪਣਾ ਸਾਡਾ ਲਾਦੂ ਕਾ ਫਾਜ਼ਲ ਕਾ ਕਿ ਇੰਨਾ ਸਮਾਂ ਲੱਗ ਗਿਆ 4-5 ਸਾਲ ਦਾ ਡਾਇਮੰਡ ਤੋਂ ਲੈ ਕੇ ਪਰਿੰਦਾ ਪਾਰ ਗਿਆ ਵੋਜ਼ਨਟ ਮੈਂਟ ਟੂ ਬੀ ਹੌਨ ਰਾਈਟ ਟਾਈਮ ਸੀਗਾ ਤੇ ਤਾਂ ਕਰਗੇ ਜੀ ਕਿ ਸਕੈਟਿੰਗ ਬੋਏ ਜਿਹੜਾ ਖੇਡਾਂ ਦਾ ਸ਼ਕੀਨ ਵੀ ਹੈ ਆਪਣਾ ਪਹਿਲਾਂ ਵੀ ਗੱਲ ਕਰ ਰਹੀ ਸੀ ਕਿ ਜਿਹੜੀਆਂ ਗੱਲਾਂ ਜੇ ਤੁਸੀਂ 2011-12 ਚ ਗੁਜ਼ਰ ਰਹੇ ਸੀ ਅੱਜ ਦਾ ਸਮਾਂ ਕੁਝ ਹੋਰ ਹੋ ਗਿਆ ਇਹਨਾਂ ਦਸਾਂ ਸਾਲਾਂ ਦੇ ਵਿੱਚ ਤੁਹਾਡਾ ਪਰਿੰਦਾ ਕਿਵੇਂ ਉਡਾਰੀ ਮਾਰਨ ਲੱਗਿਆ ਸੀ ਪਾਰ ਜਾਣ ਦੇ ਲਈ ਭਾਜੀ ਬੜੀ ਹੌਲੀ-ਹੌਲੀ ਉੱਡੇਆ ਪਰ ਵਧੀਆ ਉੱਡੇਆ ਸ਼ਾਮੈਂ ਥੈਂਕ ਯੂ ਬੋਲਦਾ ਮੇਰੀ ਮਾਂ ਨੂੰ ਕਿ ਮੇਰੇ ਬਾਰੇ ਵਧੀਆ ਸੋਚਦੇ ਹੋ ਕਿਉਂਕਿ ਮੈਨੂੰ ਐਦਾਂ ਲੱਗਦਾ ਮੈਂ ਆਪਣੀ ਲਾਈਫ 'ਚ ਸਟਰਗਲ ਇੰਨਾ ਨਹੀਂ ਕੀਤਾ ਮੈਨੂੰ ਐਦਾਂ ਹੁੰਦਾ ਜੋ ਸੋਚਦੇ ਹੁੰਦੇ ਹਨ ਨਾ ਮੇਰੇ ਬਾਰੇ ਯਾਰ ਤੇਰੀ ਫਿਲਮ ਕਦੋਂ ਆਊਗੀ ਤਾਂ ਫਿਲਮ ਵੀ ਆ ਗਈ 24 ਨਵੰਬਰ 2023 ਦਾ ਦਿਨ ਜਦੋਂ ਇਹ ਅਸੀਂ ਗੱਲਾਂ ਕਰ ਰਹੇ ਹਾਂ ਤੁਹਾਡੇ ਨਾਲ ਫਿਲਮ ਪਰਿੰਦਾ ਪਾਰ ਗਿਆ ਜਿਸ ਦੀ ਸਟਾਰ ਕਾਸ ਸਾਡੇ ਨਾਲ ਮੌਜੂਦ ਹੈ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਉਹ ਇਸ ਵੇਲੇ ਵੀ ਸਨੈਪ ਚ ਬਣਾ ਰਹੇ ਨੇ ਗੁਰਨਾਮ ਭੁੱਲਰ ਪਰਿੰਦਾ ਪਾਰ ਗਿਆ ਰੂਪੀ ਗੇਲ ਜੀ ਗੁਰਨਾਜ਼ਰ ਚੱਠਾ ਜੀ ਇਹ ਸਾਡੇ ਨਾਲ ਨੇ ਇਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਇਸ ਫਿਲਮ ਦੇ ਜ਼ਰੀਏ ਇੱਕ ਆਰਟਿਸਟ ਦੇ ਸਟਰਗਲ ਦੀ ਗੱਲ ਹੋ ਰਹੀ ਹੈ ਤੇ ਖੁਦ ਆਰਟਿਸਟ ਨੇ ਆਪਣੇ ਨਾਲ ਰਿਲੇਟ ਕਰਕੇ ਵੀ ਦੇਖਦੇ ਹੋਣਗੇ ਕਿਉਂਕਿ ਇੱਥੇ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਕਿ ਮੇਰਾ ਪਿੰਡ ਹੈ ਫਾਜ਼ਿਲ ਕਾ ਜ਼ਿਲ੍ਹੇ ਚ ਤੇ ਇਹਨਾਂ ਦਾ ਵੀ ਫਾਜ਼ਿਲ ਕਚਾ ਹੈ ਇਹਨਾਂ ਦਾ ਮੈਂ ਪਹਿ 15 ਕ ਸਾਲ ਉਮਰ ਹੋ ਗਈ ਇਹਨਾਂ ਦੀ ਮੰਡੀ ਲਾਦੂ ਕਾ ਤੁਸੀਂ ਖਾੜਾ ਲਾਇਆ ਸੀ ਮੇਰਾ ਪਿੰਡ ਲਾਦੂ ਕਾ ਹੈ ਤੇ ਅੱਜ ਉਦੋਂ ਤੋਂ ਲੈ ਕੇ ਹੁਣ ਤੱਕ ਦੇ ਸਫਰ 'ਚ ਤੁਹਾਡੇ ਇਸ ਪਰਿੰਦੇ ਪਾਰ ਦੀ ਕਹਾਣੀ ਕਿਵੇਂ ਚੱਲੀ ਹੈ ਬਹੁਤ ਵਧੀਆ ਵੀਰੇ ਬਹੁਤ ਵਧੀਆ ਬੜੀ ਖੁਸ਼ੀ ਹੋਈ ਤੁਸੀਂ ਆਪਣੇ ਇਲਾਕੇ ਦੇ ਬੰਦੇ ਹੋ ਵੈਲਕਮ ਖਾਸ ਕਰਕੇ ਤੁਸੀਂ ਇਹਨਾਂ ਨੂੰ ਪੁੱਛਿਓ ਆਪਣੇ ਸਟਾਈਲ 'ਚ ਤੁਹਾਡਾ ਲੱਗਾ ਕਿਹੜਾ ਵਹ ਇਲਾਕਾ ਕਿਹੜਾ ਆਪਣਾ ਸਾਡਾ ਲਾਦੂ ਦਾ ਫਾਜ਼ਲ ਕਾ ਫਾਜ਼ਲ ਕਾ ਐਕਚੁਅਲੀ ਤੇ ਫਾਜ਼ਲ ਕਾ ਦੇ ਨਾਲ ਸਾਰਾ ਲੱਕ ਸਾਰਾ ਪੰਜਾਬ ਇਲਾਕਾ ਆਪਣਾ ਯਾਰ ਕਿਉਂਕਿ ਬਾਈ ਜਬ ਤੇ ਜਿਹੜਾ ਪੰਜਾਬ ਦਾ ਵੈਸੀ ਹੀ ਐ ਬਾਈ ਤੇ ਸਾਡਾ ਫਿਰ ਵਹੀਕਲ ਨੰਬਰ ਵੀ ਪੀਬੀ ਬਾਈ ਹੁੰਦਾ ਹਾਂਜੀ ਸਹੀ ਗੱਲ ਆ ਤਾਂ ਤੁਸੀਂ ਕਿਉਂਕਿ ਪਹਿਲਾਂ ਵੀ ਗੱਲ ਕਰ ਰਹੀ ਸੀ ਸਨੇਪ ਬਣਾਉਂਦੇ ਹੋਏ ਕਿ ਇੰਨਾ ਸਮਾਂ ਲੱਗ ਗਿਆ 4-5 ਸਾਲ ਦਾ ਡਾਇਮੰਡ ਤੋਂ ਲੈ ਕੇ ਪਰਿੰਦਾ ਪਾਰ ਗਿਆ ਇਹ ਕਹਾਣੀ ਤੇ ਜੁੜਨ ਲਈ ਟਾਈਮ ਇੰਨਾ ਕਿਉਂ ਲੱਗ ਗਿਆ ਵੈਸੀ ਸਵਾਲ ਇਹ ਵੀ ਆ ਜੀ ਆਈ ਥਿੰਕ ਮੇਬੀ ਆ ਡੋਨਟ نو ਇਟ ਜਸਟ ਵਾਸਨਟ ਮੈਂਟ ਟੂ ਬੀ ਹੌਨ ਰਾਈਟ ਟਾਈਮ ਸੀਗਾ ਤੇ ਤਾਂ ਕਰਕੇ ਜੀ ਜੀ ਤਾਂ ਤੁਹਾਡੀ ਡਾਇਲੋਗ ਵੀ ਦੇਖੇ ਰ ਜੇ ਪਹਿਲਾਂ ਵੀ ਪ੍ਰੈਸ ਕਾਨਫਰੈਂਸ 'ਚ ਗੱਲ ਹੋ ਰਹੀ ਸੀ ਕਿ ਜਦੋਂ ਸਟੋਰੀ ਵਿੱਚ ਤੁਸੀਂ ਆਉਨੇ ਹੋ ਤੁਹਾਡੇ ਡਾਇਲੋਗ ਆਉਂਦਾ ਹੰਗਾਰਾ ਜੇ ਦੇ ਦੇਣੇ ਵੀ ਯਾਰ ਸ਼ੁਕਰ ਹੈ ਕੁਝ ਚੰਗਾ ਹੋ ਜਾਊਗਾ ਜਿਹੜਾ ਬੰਦਾ ਭਟਕਿਆ ਹੋਇਆ ਸਿੱਧੇ ਰਾਤ ਤੇ ਲਿਆਉਣ ਲਈ ਕੁੜੀ ਇੰਨਾ ਸਟਰਗਲ ਕਰ ਰਹੀ ਆ ਇਸ ਤਰ੍ਹਾਂ ਦੀ ਆਮ ਜ਼ਿੰਦਗੀ ਵਿੱਚ ਸਟਰਗਲ ਜਿਹੜਾ ਹੁੰਦਾ ਨਾ ਉਹ ਬੜਾ ਇਸੇ ਤਰ੍ਹਾਂ ਕਈ ਕਿਸੇ ਜ਼ਿੰਦਗੀਆਂ ਗੁਜ਼ਰਦੀਆਂ ਹੋਣਗੀਆਂ ਕੋਈ ਆਪਣਾ ਸੱਚ ਦੱਸ ਦਿੰਦਾ ਕੋਈ ਨਹੀਂ ਦੱਸਦਾ ਇਹ ਸਟੋਰੀ ਕੀ ਕਹਿਣਾ ਜਾਊਗੀ ਸੌਰੀ ਥੋੜਾ ਸਵਾਲ ਕਿ ਇਸ ਸਟੋਰੀ ਦੇ ਨਾਲ ਰੀਅਲ ਜ਼ਿੰਦਗੀ ਦੇ ਨਾਲ ਜੋੜ ਕੇ ਬਣਾਈ ਗਈ ਹੈ ਬੇਸਡ ਹੈ ਜਾਂ ਫਿਰ ਕਲਪਨਾ ਹੀ ਹੈ ਕਿ ਇਸ ਤਰ੍ਹਾਂ ਹੁੰਦਾ ਹੋਊਗਾ ਆਈ ਥਿੰਕ ਕਿਤੇ ਨਾ ਕਿਤੇ ਕੋਈ ਵੀ ਰਿਲੇਟ ਕਰ ਪਾਊਗਾ ਆਈ ਮੀਨ ਇਹ ਸਟੋਰੀ ਸਪੈਸਿਫਿਕਲੀ ਇੱਕ ਬੰਦੇ ਤੋਂ ਨਹੀਂ ਲਈ ਗਈ ਪਰ ਕਿਤੇ ਨਾ ਕਿਤੇ ਕੋਈ ਵੀ ਹੋਊਗਾ ਜਿਹੜਾ ਕੋਈ ਨਾ ਕੋਈ ਚੀਜ਼ ਹੋਵੇ ਉਹ ਤੋਂ ਰਿਲੇਟ ਕਰ ਪਾਊਗਾ ਸੋ ਗੁਰਨਜ਼ਰ ਵੀ ਰਿਲੇਟ ਕਰ ਪਾਊਗਾ ਗਰਨਾਮ ਵੀ ਮੈਂ ਵੀ ਕੁਝ ਨਾ ਕੁਝ ਸਾਰਿਆਂ ਦੇ ਵਿੱਚ ਸਾਰੇ ਰਿਲੇਟ ਕਰ ਸਕਣਗੇ ਕੁਝ ਨਾ ਕੁਝ ਹੈਗਾ ਫਿਲਮ ਦੇ ਵਿੱਚ ਗੁਰ ਨਜ਼ਰ ਜੀ ਤੁਹਾਡੇ ਤੋਂ ਮੇਰਾ ਸਵਾਲ ਵੀ ਕਿਉਂਕਿ ਇੱਕ ਸਕੇਟਿੰਗ ਬੋਏ ਜਿਹੜਾ ਖੇਡਾਂ ਦਾ ਸ਼ਕੀਨ ਵੀ ਹੈ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਜਿਹੜੀਆਂ ਗੱਲਾਂ 'ਚ ਤੁਸੀਂ 2011-12 'ਚ ਗੁਜ਼ਰ ਰਹੇ ਸੀ ਅੱਜ ਦਾ ਸਮਾਂ ਕੁਝ ਹੋਰ ਹੋ ਗਿਆ ਇਹਨਾਂ ਦਸ ਸਾਲਾਂ ਦੇ ਵਿੱਚ ਤੁਹਾਡਾ ਪਰਿੰਦਾ ਕਿਵੇਂ ਉਡਾਰੀ ਮਾਰਨ ਲੱਗਿਆ ਸੀ ਪਾਰ ਜਾਣ ਦੇ ਲਈ ਭਾਜੀ ਬੜੀ ਹੌਲੀ-ਹੌਲੀ ਉੱਡਿਆ ਪਰ ਵਧੀਆ ਉੱਡਿਆ ਆਮ ਵੈਰੀ ਹੈਪੀ ਭਾਜੀ ਮੈਂ ਜ਼ਿੰਦਗੀ 'ਚ ਕਦੇ ਸੋਚਿਆ ਨਹੀਂ ਸੀ ਕਿ ਇਹ ਸਭ ਕੁਝ ਹੋਏਗਾ ਮੇਰੀ ਲਾਈਫ ਦੇ ਅੰਦਰ ਐਂਡ ਇਵੈਂਚੁਅਲੀ ਹੋ ਰਿਹਾ ਤਾਂ ਮੈਂ ਸਿਰਫ ਸ਼ੁਕਰ ਕਰਦਾ ਰੱਬ ਦਾ ਆਈ ਥਿੰਕ ਸ਼ੁਕਰ ਕਰਨਾ ਰੱਬ ਦਾ ਔਰ ਹਮੇਸ਼ਾ ਮੈਂ ਥੈਂਕ ਯੂ ਬੋਲਦਾ ਮੇਰੀ ਮਾਂ ਨੂੰ ਕਿ ਮੇਰੇ ਬਾਰੇ ਵਧੀਆ ਸੋਚਦੇ ਹੋ ਕਿਉਂਕਿ ਮੈਨੂੰ ਐਦਾਂ ਲੱਗਦਾ ਮੈਂ ਆਪਣੀ ਲਾਈਫ ਚ ਸਟਰਗਲ ਇੰਨਾ ਨਹੀਂ ਕੀਤਾ ਮੈਨੂੰ ਐਦਾਂ ਹੁੰਦਾ ਜੋ ਸੋਚਦੇ ਹੁੰਦੇ ਹਨ ਨਾ ਮੇਰੇ ਬਾਰੇ ਯਾਰ ਤੇਰੀ ਫਿਲਮ ਕਦੋਂ ਆਊਗੀ ਤਾਂ ਫਿਲਮ ਵੀ ਆ ਗਈ ਉਹ ਮੈਨੂੰ ਕਹਿੰਦੇ ਹੁੰਦੇ ਸੀ ਸਾਰਿਆਂ ਦੇ ਬਾਲੀਵੁੱਡ ਗਾਣੇ ਆ ਗਏ ਤੇਰੇ ਕਦੋਂ ਆਊਗਾ ਤਾਂ ਮੈਂ ਕਦੇ ਐਫਰਟ ਨਹੀਂ ਸੀ ਕੀਤਾ ਕਿ ਮੈਂ ਗਾਣੇ ਪੇਚ ਕੀਤੇ ਹੋਣ ਉਹ ਉਹ ਵੀ ਹੋ ਗਿਆ ਆਪਣੇ ਆਪ ਤੇ ਮੈਂ ਬਹੁਤ ਖੁਸ਼ ਹਾਂ ਮਤਲਬ ਮੇਰਾ ਪਰਿੰਦਾ ਜਿਵੇਂ ਵੀ ਆਰਡਰ ਹੈ ਆਮ ਵੈਰੀ ਹੈਪੀ ਮੈਂ ਖੁਸ਼ ਹਾਂ ਐਂਡ ਬਟ ਠੀਕ ਹੈ ਜੇ ਆਪਾਂ ਹੀ ਨਹੀਂ ਖੁਸ਼ ਤਾਂ ਫਿਰ ਕੋਈ ਹੋਰ ਖੁਸ਼ ਕਰਕੇ ਆਪਾਂ ਕੁਝ ਲੈਣਾ ਨਹੀਂ ਆਮ ਵੈਰੀ ਹੈਪੀ ਜਿਵੇਂ ਤੁਸੀਂ ਕਹਿ ਕੇ ਬਾਕੀਆਂ ਨੂੰ ਖੁਸ਼ ਕਰਕੇ ਇੰਨਾ ਜ਼ਿਆਦਾ ਲੈਣਾ ਕੁਝ ਨਹੀਂ ਆਪਣੇ ਆਪ ਨੂੰ ਖੁਸ਼ ਰੱਖਣਾ ਚਾਹੀਦਾ ਇਹ ਬਾਈ ਹਰਾਂ ਦਾ ਇੱਕ ਡਾਇਲੋਗ ਹੈ ਕਿ ਗੰਦੇ ਗੰਦੇ ਜਿਹੜੇ ਕਮੈਂਟ ਕਰਦੇ ਆ ਜਾਂ ਨੈਗੇਟਿਵਿਟੀ ਫਲਾਉਂਦੇ ਆ ਉਹਨਾਂ ਵਾਸਤੇ ਸਾਈਨ ਫਿਰ ਆਰਟਿਸਟ ਦਾ ਫਿਲਮ ਚ ਕੀ ਹੈ ਉਹ ਤਾਂ ਸਾਰਿਆਂ ਨੇ ਦੇਖ ਲਿਆ ਤੁਹਾਨੂੰ ਇਸ ਤਰ੍ਹਾਂ ਦੇ ਸਾਈਨ ਦੀ ਲੋੜ ਕਦੇ ਪਈ ਹੈ ਕਿ ਨਹੀਂ ਕਦੇ ਆਇਆ ਹੀ ਨਹੀਂ ਇਸ ਤਰ੍ਹਾਂ ਦਾ ਭਾਜੀ ਦੇਖੋ ਉਹ ਜਿਹੜਾ ਸਾਈਨ ਹੈ ਉਹ ਕਰੈਕਟਰ ਦੀ ਨੀਡ ਹੈ ਕਿਉਂਕਿ ਜੋ ਕਰੈਕਟਰ ਬਾਈ ਉਹਦੇ ਚ ਪਲੇ ਕਰ ਰਿਹਾ ਨਾ ਉਹ ਕਰੈਕਟਰ ਹੀ ਹੋਵੇਂ ਦਾ ਮਤਲਬ ਉਹ ਐਦਾਂ ਨਹੀਂਗਾ ਕਿ ਸਾਡਾ ਦਿਲ ਕਰਦਾ ਕਿਸੇ ਨੂੰ ਜੋ ਠੀਕ ਹੈ ਮੇਰੀ ਨਜ਼ਰ ਚ ਤਾਂ ਹੈ ਜਿਹੜਾ ਗਾਲ ਵੀ ਕੱਢਦਾ ਸੁਖੀ ਰਵੇ ਰੱਬ ਨੇ ਉਹਨੂੰ ਉਹਦੇ ਹਿੱਸੇ ਦਾ ਉਹਦੀ ਝੋਲੀ ਪਾ ਦੇਣਾ ਹੈਨਾ ਮੈਂ ਕਦੇ ਲਾਊਡ ਰਿਐਕਸ਼ਨ ਨਹੀਂ ਦਿੱਤਾ ਕਦੇ ਵੀ ਵਾਪਸ ਕਿਸੇ ਨੂੰ ਤੇ ਉਵੇਂ ਹੀ ਬਾਈ ਨੇ ਔਰ ਸਾਡੀ ਦੋਵਾਂ ਦੀ ਮੇਰੇ ਖਿਆਲ ਚ ਨੈ ਟਿਊਨਿੰਗ ਵੀ ਅਸ ਲਈ ਹੈ ਮੈਨੂੰ ਇਹ ਕਦੇ ਕਦੇ ਲੱਗਦਾ ਹੁੰਦਾ ਆਪਾਂ ਸੇਮ ਜੇ ਕੈਰੇਕਟਰ ਆ ਹੈ ਨਾ ਕਿ ਕਦੇ ਮੈਂ ਕਦੇ ਬਾਈ ਨੂੰ ਕਿਸੇ ਨਾਲ ਕੋਈ ਫालतू ਗੱਲਬਾਤ ਕਰਦੇ ਕਦੇ ਨਹੀਂ ਦੇਖਿਆ ਬਹੁਤ ਨਿਊਟਰਲ ਜੀ ਆਪਣੀ ਲਾਈਫ ਅਸੀਂ ਜੇਮ ਚ ਇਕੱਠੇ ਹੋਣਾ ਆਪਣੀਆਂ ਹੀ ਗੱਲਾਂ ਹੱਸੀਆਂ ਖੇਡੀਆਂ ਕਰ ਲੀਆਂ ਕੋਈ ਕੰਮ ਦੀ ਗੱਲ ਵੀ ਨਹੀਂ ਆਪਸ ਚ ਤੇ ਰੀਅਲ ਲਾਈਫ ਉਹੀ ਨੇ ਬਟ ਉਹ ਜਿਹੜਾ ਰਿਐਕਸ਼ਨ ਬਾਈ ਨੇ ਦਿੱਤਾ ਉਹ ਕੈਰੇਕਟਰ ਦਾ ਕੈਰੇਕਟਰ ਦੀ ਨੀਡ ਹੈ ਉਹ ਉਹ ਠੀਕ ਹੈ ਫਿਰ ਕਰੈਕਟਰ ਦੇ ਸਾਹਮਣੇ ਨਾਲ ਤਾਂ ਸਹੀ ਦਿੱਤਾ ਜਿਵੇਂ ਇਹਨਾਂ ਨੇ ਕਿਹਾ ਕਰੈਕਟਰ ਦੀ ਨੀਡ ਸੀ ਉੱਥੇ ਤਾਂ ਤੁਸੀਂ ਦੇ ਦਿੱਤਾ ਤੁਹਾਨੂੰ ਕੋਈ ਸਟੇਜ ਸ਼ੋਅ ਦੀ ਮੈਂ ਪਹਿਲਾਂ ਹੀ ਗੱਲ ਕੀਤੀ ਹੈ ਕਿ ਤੁਸੀਂ ਤਾਂ ਟੀਨੇਜਰ ਤੋਂ ਲੈ ਕੇ ਹੁਣ ਤੱਕ ਧਮਾਲ ਸਟੇਜ ਸ਼ੋਅ ਨਾਲ ਪਾਈ ਹੈ ਮੈਨੂੰ ਅੱਜ ਵੀ ਯਾਦ ਹੈ ਤੁਸੀਂ ਉਸ ਵੇਲੇ ਤਿੰਨ ਰੰਗ ਨਹੀਂ ਲੱਭਣੇ ਭਜਨ ਮਾਨ ਸਾਹਿਬ ਦਾ ਗੀਤ ਗਾਇਆ ਸੀ ਸਾਰੇ ਤਾੜੀਆਂ ਨਾਲ ਗੂੰਜ ਉੱਠਿਆ ਸੀ ਸਾਰਾ ਉੱਥੇ ਜਿਹੜਾ ਖੁੱਲਾ ਹਾਲ ਸੀ ਉਹ ਸਮਾਂ ਤੇ ਇਹ ਆਰਟਿਸਟ ਜਿਹੜਾ ਪਰਿੰਦਾ ਪਾਰ ਓਡਾਰੀ ਮਾਰਨ ਦੀ ਕੋਸ਼ਿਸ਼ ਕਰ ਰਿਹਾ ਦੋਵਾਂ 'ਚ ਫਰਕ ਤਾਂ ਬਹੁਤ ਹੋਊਗਾ ਹਾਂਜੀ ਬਸ ਐਂਕੀਆ ਯਾਰ ਕੋਈ ਫਰਕ ਹੈ ਨਹੀਂ ਐਕਚੁਅਲੀ ਮੈਂ ਸੱਚੀ ਦੱਸਾਂ ਮੈਨੂੰ ਅੱਜ ਵੀ ਮੈਨੂੰ ਐ ਲੱਗਦਾ ਯਾਰ ਕੱਲ ਦੀ ਗੱਲ ਐ ਮੈਂ ਕੱਲ ਪਰਸੋਂ ਕਿਸੇ ਮੇਰੇ ਕਾਲਜ ਦੇ ਥੀਏਟਰ ਦਾ ਬੰਦਾ ਕੋਈ ਮੇਰੇ ਨਾਲ ਗੱਲ ਕਰ ਰਿਹਾ ਸੀ ਤੇ ਉਹ ਕਦੀ ਵੈਸੇ ਉਹਨੇ ਕਦੀ ਤਾਰੀਫ ਨਹੀਂ ਕੀਤੀ ਮੇਰੀਆਂ ਫਿਲਮਾਂ ਦੀ ਤੇ ਉਹਨੂੰ ਆਹ ਟ੍ਰੇਲਰ ਦੇਖ ਕੇ ਉਹਨੇ ਮੈਨੂੰ ਫੋਨ ਕੀਤਾ ਕਿ ਕਹਿੰਦਾ ਯਾਰ ਕਿ ਆਹ ਫਿਲਮ ਤੁਮਨੂੰ ਐ ਲੱਗ ਰਿਹਾ ਕਿ ਵਾਕਈ ਤੂੰ ਐਜ਼ ਅ ਐਕਟਰ ਹੁਣ ਕੁਝ ਵਧੀਆ ਕੀਤਾ ਹਨਾ ਤੇ ਫਿਰ ਅਸੀਂ ਕਾਲਜ ਦੀਆਂ ਗੱਲਾਂ ਕਰਨ ਲੱਗ ਗਏ ਤੇ ਮੈਂ ਮੇਰਾ ਕਾਲਜ ਅੱਜ ਤੋਂ 6 ਸਾਲ ਪਹਿਲਾਂ ਖਤਮ ਕੀਤਾ ਹਨ ਤੇ ਮੈਂ ਕਿਹਾ ਯਾਰ ਵੀ ਅਸੀਂ ਗੱਲ ਕਰਨ ਲੱਗੇ ਕਿ ਯਾਰ ਆਪਾਂ ਜੀ ਐਨ ਡੀ ਯੂ ਫੈਸਟੀਵਲ ਤੇ ਉਹ ਆਪਣੀ ਪਲੇ ਕਰਕੇ ਤੁਰੇ ਫਿਰ ਆਪਾਂ ਰਸਤੇ 'ਚੋਂ ਟੋਲ ਤੇ ਉਹ ਲੱਡੂ ਕਰਾਰੇ ਇਹ ਖਾਦੇ ਹਨ ਜਿਹੜੇ ਉਹ ਬਹੁਤ ਫੇਮਸ ਆ ਮੈਂ ਕਿਹਾ ਯਾਰ ਕਿਵੇਂ ਆਇਆ ਲਾਦਣਾ ਕਿ ਕੱਲ ਦੀ ਗੱਲ ਆ ਤੇ ਅੱਜ ਮੈਂ ਜਿਹੜੀ ਫਿਲਮ ਮੈਂ ਉਹ ਕੁਝ ਪਲੇਚ ਕਰ ਰਿਹਾ ਸੀ ਅੱਜ ਮੈਂ ਉਹ ਥੀਏਟਰ 'ਚ ਕਰ ਰਿਹਾ ਹਨ ਸੋ ਆਈਆਂ ਮੈਨੂੰ ਜਿਵੇਂ ਤੁਸੀਂ ਦੱਸਿਆ ਵਿਸ਼ਕਰਮਾ ਡੇ ਤੇ ਉਮ ਵਿਸ਼ਕਰਮਾਡੇ ਤੇ ਸ਼ੋਅ ਕੀਤਾ ਸੀ ਮੈਂ ਲਾਡੂ ਘਾਚ ਹਣਾ ਸੋ ਮੈਂ ਕੱਲ ਵੀ ਵਿਸ਼ਕਰਮਾਡੇ ਤੇ ਦਿੱਲੀ ਸ਼ੋਅ ਕਰਕੇ ਆਇਆ ਤਾਂ ਉੱਥੇ ਜੀ ਲੱਗਦੀ ਹੈ ਜ਼ਿੰਦਗੀ ਯਾਰ ਮੈਨੂੰ ਤਾਂ ਐ ਲੱਗਦਾ ਕਿ ਬਸ ਅੱਜ ਵੀ ਮੈਨੂੰ ਉਨਹੀਂ ਉਨਹੀਂ ਚਾਹ ਹੁੰਦਾ ਹੈ ਮੇਰਾ ਗਾਣਾ ਆਉਣਾ ਹੋਵੇ ਯਾ ਮੈਨੂੰ ਕੋਈ ਫਿਲਮ ਮਿਲ ਜੇ ਜਾਂ ਮੈਨੂੰ ਬਹੁਤ ਐਕਸਾਈਟਮੈਂਟ ਹੁੰਦੀ ਹੈ ਸ਼ਾਇਦ ਉਦੋਂ ਫਿਰ ਵੀ ਕਿਤੇ ਬੇਫਿਕਰੀ ਸੀਗੀ ਉਦੋਂ ਆਏ ਨਹੀਂ ਸੀਗਾ ਕਿ ਕਿਸੇ ਗੁਰਨਾਮ ਸਟਾਰ ਨੂੰ ਬਣਾ ਕੇ ਰੱਖਣ ਲਈ ਕੁਝ ਕੰਮ ਕਰਨਾ ਪਰ ਹੁਣ ਤਾਂ ਹੋਰ ਕੌਨਸ਼ੀਅਸ ਹੋ ਕੇ ਕੰਮ ਕਰਦਾ ਬੰਦਾ ਸਮਾਂ ਇੰਨਾ ਕਿ ਤਾਂ ਬਦਲਿਆ ਹੈ ਸ਼ਾਇਦ ਉਸ ਦੌਰ ਤੋਂ ਹੁਣ ਤੱਕ 10 ਸਾਲਾਂ ਚ ਇੱਕ ਦਹਾਕੇ ਚ ਉਦੋਂ ਆਡੀਅנס ਤੁਹਾਨੂੰ ਨਾਲ ਦੇ ਨਾਲ ਰਿਐਕਸ਼ਨ ਸਾਹਮਣੇੋਂ ਦੇ ਰਹੀ ਐ ਸਟੇਜ ਦੇ ਥੱਲੇ ਹੁਣ ਸੋਸ਼ਲ ਮੀਡੀਆ ਦੇ ਜ਼ਰੀਏ ਆਉਂਦੇ ਆ ਤਰ੍ਹਾਂ ਤਰ੍ਹਾਂ ਦੇ ਰਿਐਕਸ਼ਨ ਨੀ ਯਾਰ ਪਿਆਰ ਕਰਨ ਵਾਲਿਆਂ ਦਾ ਪਿਆਰ ਤਾਂ ਤੁਹਾਡੇ ਤੱਕ ਉਵੇਂ ਹੀ ਪਹੁੰਚਦਾ ਹੈ ਹਨਾ means of communication ਬਦਲ ਸਕਦਾ ਪਰ ਪਿਆਰ ਨਹੀਂ ਬਦਲ ਸਕਦਾ ਜਿਹੜੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਜਿਨ੍ਹਾਂ ਨੇ ਜਿੰਨਾਂ ਨੂੰ ਅਸ਼ੀਰਵਾਦ ਦੇਣਾ ਹੁੰਦਾ ਹੈ ਬੈਸ ਵਿਚ ਅਗਲਾ ਸਪੈਸ਼ਲ ਫੋਨ ਕਰਕੇ ਵੀ ਦਿੰਦਾ ਕਿ ਭਾਈ ਬਹੁਤ ਘੰਟਾ ਮੈਨੂੰ ਲੱਗਦਾ ਕਿ ਯਾਰ ਨੈਗੇਟਿਵਿਟੀ ਦੀ ਗੱਲ ਹੀ ਨਹੀਂ ਕਰਨੀ ਚਾਹੀਦੀ ਕਿਉਂਕਿ ਮਤਲਬ ਜਿਹੜੀ ਇੱਕ ਚੀਜ਼ 95% ਆ ਤੇ ਇੱਕ ਚੀਜ਼ ਸ਼ਾਇਦ 2% ਆ ਤਾਂ ਫਿਰ ਮਤਲਬ ਜੇ ਅੱਜ ਆਪਾਂ ਟੈਬ 2% ਨੂੰ ਕਰੀਏ ਤਾਂ 95% ਲੱਗੂਗਾ ਯਾਰ ਅਸੀਂ ਵੀ ਤਾਂ ਤੇਰੇ ਨਾਲ ਆ ਨਾ ਅਸੀਂ ਤੈਨੂੰ ਦੇਖ ਕਿੰਨਾ ਪਿਆਰ ਕਰਦੇ ਆ ਅਸੀਂ ਡੇ 1 ਤੋਂ ਜਿਵੇਂ ਤੁਸੀਂ ਕਿਹਾ ਕਿ ਉਹ ਸਾਰੇ ਸਾਰੀਆਂ ਵਾਵਾਈ ਨੇ ਜਿਹੜੀਆਂ ਇੱਥੋਂ ਤੱਕ ਲੈ ਕੇ ਆਈਆਂ ਸੋ ਮੈਂ ਜ਼ਿਆਦਾ ਦੇਖਦਾ ਨਹੀਂ ਯਾਰ ਉਹਨਾਂ ਨੂੰ ਮੈਨੂੰ ਐ ਲੱਗਦਾ ਕਿ ਮੇਰੇ ਕੋਲ ਪਿਆਰ ਕਰਨ ਵਾਲੇ ਬਹੁਤ ਨਹੀਂ ਤੁਹਾਨੂੰ ਤਾਂ ਫਿਰ ਅਸੀਂ ਨਹੀਂ ਦੇਖਿਆ ਕਿ ਤੁਸੀਂ ਹਾਈਪਰ ਹੋ ਗਏ ਆ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਦਸਤਾ ਨਾਲ ਦੇ ਨਾਲ ਹੀ ਕਿ ਯਾਰ ਤੰਗ ਨਾ ਕਰੋ ਪਰ ਕਈ ਆਰਟਿਸਟ ਹੈਗੇ ਆ ਪੰਜਾਬੀ ਇੰਡਸਟਰੀ ਚ ਕਈਆਂ ਨੂੰ ਤਾਂ ਬੜਾ ਖਮਿਆਜਾ ਵੀ ਭੁਗਤਣਾ ਪਿਆ ਜਿਹੜੇ ਤੰਗ ਬਹੁਤ ਕਰਦੇ ਆ ਆਰਟਿਸਟ ਨੂੰ ਫਿਰ ਉਹ ਆਕ ਕੇ ਵਿਚਾਰਾ ਬੋਲ ਲਿੰਦਾ ਚਾਹ ਸਨੈਪ ਪਾ ਕੇ ਚਾਹ ਲਾਈਵ ਹੋ ਕੇ ਹਰ ਇੱਕ ਦਾ ਸੁਭਾਅ ਹੈ ਜੀ ਆਪਣਾ ਮੇਨ ਲਾ ਤਾਂ ਫੈਮਿਲੀ ਅਪਬ੍ਰਿੰਗ ਅਪਬ੍ਰਿੰਗ ਬਹੁਤ ਮੈਟਰ ਕਰਦੀ ਆ ਸਾਡੇ ਘਰ ਦੇ ਵਿੱਚ ਮੈਂ ਬੜੇ ਸਾਹਿਤਕ ਮਾਹੌਲ ਚ ਵੱਡਾ ਹੋਇਆ ਹਣਾ ਮੇਰੇ ਦਾਦਾ ਜੀ ਨੂੰ ਬੁੱਕਸ ਪੜ੍ਹਨ ਦਾ ਬਹੁਤ ਸ਼ੌਂਕ ਸੀ ਮੇਰੇ ਫਾਦਰ ਸਾਹਿਬ ਨੂੰ ਪੜ੍ਹਨ ਦਾ ਬਹੁਤ ਸ਼ੌਂਕ ਹੈ ਮੈਨੂੰ ਤਾਂ ਆਇਆ ਹੁੰਦਾ ਕਿ ਕੋਈ ਹੋਰ ਬੋਲੇ ਨਾ ਬੋਲੇ ਮੇਰੇ ਘਰ ਦੇ ਮੈਨੂੰ ਬਹੁਤ ਲੜਨਗੇ ਜੇ ਮੈਂ ਕੁਝ ਇਹੋ ਜੀ ਹਰਕਤ ਕੀਤੀ ਮੇਨੂੰ ਤੁਹਾਡੀ ਫੈਮਿਲੀ ਦਾ ਬਹੁਤ ਰੋਲ ਹੁੰਦਾ ਤੁਹਾਡੀ ਤੁਹਾਡੀ ਪਰਸਨੈਲਿਟੀ 'ਚ ਵੜਨ ਲਿਖ ਨਾਲ ਬੰਦਾ ਇਹ ਵੀ ਸੋਚਦਾ ਇਹ ਮੈਨੂੰ ਸਟੋਰੀ ਕਿਹੜੀ ਮਿਲੀ ਐ ਮੈਂ ਰੋਲ ਕੀ ਪਲੇ ਕਰਨਾ ਥੋੜਾ ਮਿਆਰ ਹੋਣਾ ਚਾਹੀਦਾ ਹਲਕੀ ਫੁਲਕੀ ਫਿਲਮ ਮੈਂ ਨਾ ਹੀ ਕਰਾਂ ਕਦੇ ਮਜਬੂਰੀ ਹੋਈ ਐ ਕਿ ਨਹੀਂ ਯਾਰ ਇਹ ਕਰਨੀ ਪੈਣੀ ਐ ਨਹੀਂ ਐ ਕਦੀ ਵੀ ਮਜਬੂਰੀ ਨਹੀਂ ਹੋਈ ਮਤਲਬ ਜਿੰਨਾ ਵੀ ਕੰਮ ਮੈਂ ਹੁਣ ਤੱਕ ਕੀਤਾ ਪਰਿੰਦਾ ਤੱਕ ਮਤਲਬ ਹਰ ਕੈਰੈਕਟਰ ਮੈਂ ਆਪ ਚੂਜ਼ ਕੀਤਾ ਪਰ ਮੈਂ ਹਮੇਸ਼ਾ ਮਤਲਬ ਮਲੋਵੀ ਜੋ ਸਾਹਿਤ ਅਜ ਤੋ 20 ਸਾਲ ਪਹਿਲਾਂ ਸੀ ਜੇ ਅਸੀਂ ਉਹਦੇ ਚ ਹੀ ਫਸੇ ਰਹਿ ਜਾਾਂਗੇ ਤਾਂ ਫਿਰ ਅਸੀਂ ਅੱਜ ਦੇ ਲੋਕਾਂ ਨਾਲ ਮੈਚ ਨਹੀਂ ਕਰ ਸਕਦੇ ਸਾਡੇ ਗਾਣੇ ਦੇ ਬੋਲ ਸਹਿਜ ਹੋ ਸਕਦੇ ਆ ਪਰ ਜੇ ਸਾਡੀ ਮਿਕਸਿੰਗ ਕੁਆਲਿਟੀ ਸਿੰਪਲ ਰਹੂਗੀ ਹੁਣ ਬੂਫਰਸ ਦਾ ਜ਼ਮਾਨਾ ਹੈ ਆਫਕੋਰਸ ਹੁਣ ਥੀਏਟਰ ਚ ਅਸੀਂ 5D ਤੱਕ ਪਹੁੰਚ ਗਏ ਜੇ ਅਸੀਂ ਫਿਰ ਸੀਮਿਟਿਡ ਦਾਇਰੇ ਚ ਰਾਵਾਂਗੇ ਹਣਾ ਤਾਂ ਅਸੀਂ ਦੁਨੀਆ ਨਾਲ ਮੁਕਾਬਲਾ ਨਹੀਂ ਕਰ ਸਕਦੇ ਐਂਡ ਆਫ ਦਿ ਡੇ ਤਾਂ ਤੁਹਾਨੂੰ ਕੁਆਲਿਟੀ ਦੇਣੀ ਪੈਣੀ ਆ ਹਨਾ ਜਿੱਥੇ ਕੈਰੈਕਟਰ ਦੀ ਗੱਲ ਆ ਤਾਂ ਮੈਨੂੰ ਜਿੰਨਾ ਬੋਲਡ ਪਲੇ ਕਰਨਾ ਚਾਹੀਦਾ ਮੈਂ ਕਰੂੰਗਾ ਤਾਂ ਕਿ ਮੇਰਾ ਕੈਰੈਕਟਰ ਬੋਲੇ ਹਨਾ ਮੈਂ ਕੁਝ ਨਵਾਂ ਕਰਨਾ ਚਾਹੁੰਦਾ ਜੇ ਮੈਂ ਕੈਰੈਕਟਰ ਪਲੇ ਕਰ ਰਿਹਾ ਤਾਂ ਮੈਂ ਹਰ ਉਹ ਚੀਜ਼ ਕਰੂੰਗਾ ਜਿਹੜੀ ਉਹ ਕੈਰੈਕਟਰ ਨੂੰ ਕਰਨੀ ਚਾਹੀਦੀ ਆ ਸੋ ਉੱਥੇ ਮਤਲਬ ਉਹ ਮੇਰੀ ਸਮਝ ਆ ਪਰਸਨੈਲਿਟੀ ਜੋ ਮੈਂ ਪੜਿਆ ਜੋ ਮੈਂ ਸਿੱਖਿਆ ਉਹ ਮੇਰੀ ਮੇਰੀ ਹੋਂਦ ਚ ਆ ਪਰ ਜਦੋਂ ਮੈਂ ਕਿਸੇ ਕੈਰੈਕਟਰ ਚ ਆ ਉਦੋਂ ਫਿਰ ਮੈਂ ਉਹ ਕੈਰੈਕਟਰ ਪਲੇ ਕਰਾਂਗਾ ਤਾਰੂਪੀ ਜੀ ਤੁਸੀਂ ਬਹੁਤ ਸਾਰੇ ਗੀਤ ਗੀਤ ਵੀ ਫਰਮਾਏ ਆ ਹੋਰ ਬਹੁਤ ਸਾਰਾ ਗੀਤ ਹੈ ਫਿਲਮਾਂ ਦੇ ਵਿੱਚ ਵੀ ਜਦੋਂ ਤੁਹਾਡੀ ਐਂਟਰੀ ਹੁੰਦੀ ਹੈ ਤੁਹਾਨੂੰ ਜਦੋਂ ਤੁਸੀਂ ਦੇਖਦੇ ਹੋ ਕਿ ਪ੍ਰੈਸ ਕਾਨਫਰੰਸ 'ਚ ਵੀ ਕਈ ਤੁਹਾਨੂੰ ਪੱਤਰਕਾਰ ਵੀ ਕਹਿਣ ਲੱਗ ਗਏ ਕਿ ਬੋਲਦੇ ਬਹੁਤ ਪਿਆਰਾ ਗੁਰਨਾਮ ਜੀ ਨੇ ਕਿਹਾ ਤੁਸੀਂ ਬਹਾਨਾ ਲੱਭਦੇ ਹੋ ਗੱਲ ਕਰਨ ਦਾ ਤਾਂ ਤੁਸੀਂ ਉਹ ਜਿਹੜੀ ਕਿਊਟਨੈਸ ਹੈ ਬੋਲੀ ਹੈ ਜਿਹੜੀ ਉਹ ਨੇਚਰਲ ਰੱਖਦੇ ਹੋ ਜਾਂ ਫਿਲਮ ਦੇ ਹਿਸਾਬ ਨਾਲ ਬਦਲਣੀ ਵੀ ਪੈਂਦੀ ਹੈ ਸਟਰਗਲ ਕਰਨਾ ਪੈਂਦਾ ਹੈ ਕਿ ਮਾਝੇ ਵਾਲਾ ਟੱਚ ਨਾ ਆਵੇ ਨਹੀਂ ਨਹੀਂ ਜੀ ਜਿੱਦਾਂ ਦੀ ਮੈਂ ਜਿੱਦਾਂ ਮੈਂ ਰੀਅਲ ਲਾਈਫ 'ਚ ਬੋਲਦੀ ਆ ਮੈਂ ਐਗਜ਼ੈਕਟਲੀ ਉਦਾਂ ਹੀ ਬੋਲਦੀ ਜੀ ਤੁਹਾਨੂੰ ਲੋਡ ਨਹੀਂ ਇਨਾ ਪੈਂਦੀ ਵੀ ਭਾਸ਼ਾ ਦੇ ਉੱਤੇ ਇੰਨਾ ਜ਼ਿਆਦਾ ਕੰਮ ਵੀ ਕਰਾਂ ਮਲਵੇ ਵਾਲੇ ਪਾਸੇ ਦਾ ਰੋਲ ਮਿਲ ਗਿਆ ਮਲਵੈਣ ਬਣਨਾ ਪੈ ਸਕਦਾ ਕਿਸੇ ਫਿਲਮ ਚ ਨਹੀਂ ਆਈ ਡੋਨਟ ਥਿੰਕ ਬੀਸਿਕਲੀ ਮਲਵੈਣ ਹੀ ਹੈ ਨਾ ਅੱਛਾ ਜੀ ਮਲਵੈਣ ਤੋਂ ਬਿਲੋਂਗ ਕਰਦੀ ਹਾਂ ਪਹਿਲਾਂ ਮੇਰੇ ਪਾਪਾ ਕੀ ਮਲਵਈ ਨੇ ਤੇ ਮੇਰੇ ਮੰਮਾ ਦੁਆਬੇ ਤੋਂ अच्छा ता जी सो असी बोली माजे वाली बोली माजे वाली मैं सारा पंजाबी अपना जदा तू किया सी पूरा पंजाब ही अपना जी बटनी मेनू आई डोंट थिंक ज्यादा काम करना पेंदा है मेरी मतलब मैं वही रख दिया जो जदा मैं नॉर्मल लाइफ च बोलती हूं ता परिंदा पार गए दी कहानी ਨੂੰ ਲੈ ਕੇ ਜਿਹੜੇ ਇਸ ਵਕਤ ਆਪਣੇ ਇੰਟਰਵਿਊ ਦੇ ਜ਼ਰੀਏ ਸਿਨੇਮਾ ਘਰਾਂ ਤੱਕ 24 ਨੂੰ ਪਹੁੰਚਣਗੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਬਸ ਇਹੀ ਜੀ ਕਿ ਅਸੀਂ ਬਹੁਤ ਮਿਹਨਤ ਕੀਤੀ ਆ ਫਿਲਮ ਤੇ ਤੇ ਅਸੀਂ ਬਹੁਤ ਉਮੀਦ ਕਰਦੇ ਆ ਕਿ ਤੁਹਾਨੂੰ ਵਧੀਆ ਲੱਗੇ ਅ ਗਰ ਨਜ਼ਰ ਹੋ ਗਿਆ ਜਾਂ ਗਰਨਾਮ ਹੋ ਗਿਆ ਜਾਂ ਮੈਂ ਗੀ ਸਾਨੂੰ ਮਤਲਬ ਅਸੀਂ ਬਹੁਤ ਸਾਨੂੰ ਅਸੀਂ ਕੌਨਫੀਡੈਂਟ ਆ ਕਿ ਫਿਲਮ ਸਾਰੇ ਨੂੰ ਵਧੀਆ ਲੱਗੂਗੀ ਤੇ ਤੁਸੀਂ ਜ਼ਰੂਰ ਜਾ ਕੇ ਦੇਖਿਓ ਜੀ ਨਵੰਬਰ 24 ਨੂੰ ਜੀ ਬਾਗੁਰ ਨਜ਼ਰ ਜੀ ਤੁਸੀਂ ਵੀ ਜਿਹੜੇ 24 ਨਵੰਬਰ ਤੱਕ ਕਿਉਂਕਿ ਬਹੁਤ ਸਾਰੇ ਇੰਟਰਵਿਊਜ਼ ਤਾਂ ਹੁੰਦੇ ਏ ਇਸੇ ਕਰਕੇ ਆ ਕਿ ਘੱਟੋ ਘੱਟ ਫਿਲਮ ਦਾ ਦੱਸ ਤਾਂ ਸਕੀ ਥੋੜਾ ਜਿਹਾ ਹਿੱਸਾ ਬਾਕੀ ਫਿਲਮ ਤੇ ਉੱਥੇ ਹੀ ਪਤਾ ਲੱਗਣੀ ਹੈ ਥੀਏਟਰ ਚ ਫਿਰ ਵੀ ਤੁਸੀਂ ਆਪਣੇ ਮਨ ਦੀ ਗੱਲ ਕਹਿਣੀ ਚਾਹੁੰਦੇ ਹੋ ਜਿਹੜੇ ਇਸ ਵੇਲੇ ਸੁਣ ਲਿਆ ਸਰ ਮੇਰੇ ਮਨ ਦੀ ਗੱਲ ਤਾਂ ਇਹ ਹੈ ਕਿ ਮੈਂ ਸਲੇ ਵੀ ਖੁਸ਼ ਹਾਂ ਕਿਉਂਕਿ ਫਿਲਮ ਜਿਹੜੀ ਹੈ ਨਾ नॉर्मल पंजाबी फिल्म दे लीग तो बहुत डिफरेंट है और वो करैक्टर जो मैं रियल लाइफ पिछले दस साल तो कर रहा मतलब मैं एज एन आर्टिस्ट ही परफॉर्म कर रहा फिल्म के अंदर और मैं आर्टिस्ट हैगा मतलब उ सिंगर वाली उ स्टेज शोज बैंड दे नाल। ते मैं बहुत एक्साइटिड हाँ तुम तो कुछ नवा देखोगे और ਤਾਨੂੰ ਵਧੀਆ ਲੱਗੂਗਾ ਤੁਹਾਨੂੰ ਪਤਾ ਲੱਗੂਗਾ ਕਿ ਯਾਰ ਇੱਕ ਆਰਟਿਸਟ ਦਾ ਕਿੱਥੋਂ 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 ਹੋ ਕੇ ਜਾਣਾ ਪੈਂਦਾ ਕਿਆ ਸਟਰਗਲ ਕਿਆ ਫੀਲਿੰਗਸ ਹੁੰਦੀਆਂ ਕਿਦਾਂ ਫੀਲ ਹੁੰਦਾ ਜਦ ਕੋਈ ਕਿਸੇ ਨੂੰ ਗੁੱਡ ਟਰੀਟ ਨਹੀਂ ਕਰਦਾ ਤੇ ఎవਰੀਥਿੰਗ ਈਮੋਸ਼ਨ ਦੀ ਗੱਲ ਹੈ ਇਹ ਫਿਲਮ ਤੇ ਤੁਸੀਂ ਜ਼ਰੂਰ ਦੇਖ ਕੇ ਆਇਓ ਚਾਹੇ ਤੁਸੀਂ ਆਪਣੀ ਲਾਈਫ ਚ ਕੁਝ ਵੀ ਬਣਨਾ ਚਾਹੁੰਦੇ ਹੋ ਬਟ ਪ੍ਰੋਸੈਸ ਤੁਸੀਂ ਜ਼ਰੂਰ ਦੇਖਿਓ ਇਹ ਫਿਲਮ ਪ੍ਰੋਸੈਸ ਦਿਖਾਊਗੀ ਤੁਹਾਨੂੰ ਯੈਸ ਗੁਰਨਾਮ ਜੀ ਅਖੀਰ ਦੇ ਵਿੱਚ ਪਰਿੰਦਾ ਪਾਰ ਗਿਆ ਹਾਲਾਂਕਿ ਬਹੁਤ ਇੰਟਰਵਿਊਜ਼ ਹੋ ਗਏ એનર્ਜੀ ਵੇਸਟ ਵੀ ਹੁੰਦੀ ਹੈ ਪਰ ਫਿਰ ਵੀ ਮੈਂ ਚਾਹੁੰਦਾ ਕਿ ਪਰਿੰਦਾ ਪਾਰਗੇ ਦੇ ਬੋਲ ਜ਼ਰੂਰ ਹੋ ਜਾਈਂ ਪਿੰਜਰੇ ਦੇ ਵਿੱਚ ਕੈਦ ਰਹਿਣ ਦੀ ਆਦਤ ਨਹੀਂ ਸੀ ਉਹਨੂੰ ਉਮਰਾਂ ਦੇ ਲਈ ਫੈਜ਼ ਰਹਿਣ ਦੀ ਆਦਤ ਨਹੀਂ ਸੀ ਉਹਨੂੰ ਐਸਾ ਇਸ਼ਕ ਦੇ ਹੱਥੇ ਚੜ੍ਹਿਆ ਜ਼ਿੰਦਗੀ ਇਸ਼ਕ ਤੋਂ ਵਾਰ ਗਿਆ ਵਰਿੰਦਾ ਪਾਰ ਗਿਆ ਉਡਾਰੀ ਮਾਰ ਗਿਆ ਆ ਬਹੁਤ ਬਰੀਏ ਜੀ ਸਾਰਿਆਂ ਦਾ ਥੈਂਕ ਯੂ ਇਸਨ ਸਾਡੇ ਨਾਲ ਉਹ ਸਟਾਰ ਕਾਸਟ ਜਿਹੜੇ ਫਿਲਮ ਪਰਿੰਦਾ ਪਾਰ ਗਿਆ ਦੇ ਨਾਲ ਸਿਨੇਮਿਆਂ ਦੇ ਵਿੱਚ ਸਾਨੂੰ ਥੀਏਟਰ ਘਰਾਂ ਦੇ ਵਿੱਚ ਮਿਲਣਗੇ ਔਰ ਸਾਡੀ ਵੀ ਗੁਜ਼ਾਰਿਸ਼ ਹੈ ਕਿ ਇਸ ਫਿਲਮ ਦੀ ਕਹਾਣੀ ਦੇ ਜ਼ਰੀਏ ਇੱਕ ਆਰਟਿਸਟ ਦਾ ਸਟਰਗਲ ਕਿਵੇਂ ਹੁੰਦਾ ਸ਼ੁਰੂਆਤ ਕਿੱਥੋਂ ਹੁੰਦੀ ਹੈ ਪਹੁੰਚਣਾ ਕਿੱਥੇ ਹੁੰਦਾ ਹੈ ਇਹ ਸਾਰੀ ਪਰਿੰਦਾ ਪਾਰ ਗਏ ਦੀ ਕਹਾਣੀ ਤੁਹਾਨੂੰ ਦੱਸੇਗੀ ਸਿਨੇਮੇ ਘਰਾਂ 'ਚ 24 ਤਰੀਕ ਨੂੰ ਤੁਸੀਂ ਸਾਰਿਆਂ ਨੇ ਜ਼ਰੂਰ ਸਿਨੇਮੇ ਘਰਾਂ ਦੇ ਵਿੱਚ ਜਾਣਾ ਹੈ ਔਰ ਫਿਲਮ ਨੂੰ ਦੇਖਣਾ ਹੈ ਔਰ ਆਪਣੀ ਫੀਡਬੈਕ ਵੀ ਜ਼ਰੂਰ ਇਨ ਆਰਟਿਸਟ ਦੇ ਨਾਲ ਸਾਂਝੀ ਕਰਨੀ ਹੈ ਇਸ ਮੁਲਾਕਾਤ ਚਨਈ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਚੰਡੀਗੜ੍ਹ